ਭੰਡਾਰੀ ਅਤੇ ਕਾਰਪੋਰੇਸ਼ਨ ਦੇ ਅਫਸਰਾਂ ਦਾ ਗੱਠਜੋੜ ਮੁਰਦਾਬਾਦ 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 ਦੀਪਕ ਭੰਡਾਰੀ ਅਤੇ ਕਾਰਪੋਰੇਸ਼ਨ ਦੇ ਅਫਸਰਾਂ ਦਾ ਗੱਠਜੋੜ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਇਸ ਵੇਲੇ ਮੈਂ ਖੜਾ ਹਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ, ਕਾਰਪੋਰੇਸ਼ਨ ਦਾ ਦਫ਼ਤਰ ਹੈ ਜਿੱਥੇ ਕਾਮਰੇਡਾਂ ਨੇ ਵੱਡਾ ਇੱਕ ਧਰਨਾ ਲਾਇਆ ਹੋਇਆ ਆ। ਉਹਨਾਂ ਨੇ ਬਿਲਕੁਲ ਰਸਤੇ ਸਾਰੇ ਬਲੌਕ ਕੀਤੇ ਆ ਔਰ ਉਹਨਾਂ ਦਾ ਇਹ ਇੱਕ ਮੰਗ ਆ ਕਿ ਅੱਜ ਤੋਂ ਕੁਛ ਡੇਢ ਦੋ ਸਾਲ ਪਹਿਲਾਂ ਤੋਂ ਇੱਕ ਜਵਾਲਾ ਫਲੋਰ ਮਿਲ ਲਿਆ। ਜਵਾਲਾ ਫਲੋਰ ਮਿਲਦੇ ਆਲੇ ਦੁਆਲੇ ਜੋ ਕਹਿੰਦੇ ਆ ਗ੍ਰੀਨ ਬੈਲਟ ਹੁੰਦੀ ਆ, ਉਹ ਗ੍ਰੀਨ ਬੈਲਟ ਨੂੰ ਸਾਰਾ ਬਗੈਰ ਕਿਸੇ ਗੌਰਮੈਂਟ ਦੇ ਨਾਲ ਮਦਦ ਲੈ ਕੇ, ਸਗੋਂ ਇੱਥੇ ਤੱਕ ਉਹ ਜਿਹੜੀ ਗ੍ਰੀਨ ਬੈਲਟ ਆ ਉਹ 'ਤੇ ਇੱਕ ਦੀਪਕ ਭੰਡਾਰੀ ਜੋ ਕਹਿੰਦੇ ਕਿ ਪ੍ਰੈਸ ਰਿਪੋਰਟਰ ਆ ਉਸ ਨੇ ਉਹ 'ਤੇ ਕਬਜ਼ਾ ਕੀਤਾ ਹੋਇਆ ਆ ਔਰ ਲੋਕਾਂ ਨੂੰ ਬਿਲਕੁਲ ਉੱਥੋਂ ਵਾਂਝਾ ਕੀਤਾ ਆ ਘੁੰਮਣ ਫਿਰਨ ਤੋਂ, ਔਰ ਇੱਥੋਂ ਤੱਕ ਲੋਕਾਂ ਨੇ ਕੇਸ ਵੀ ਕੀਤਾ ਆ ਔਰ ਉਹਦੇ ਵਿੱਚ ਕਿਸੇ ਦੀ ਕੋਈ ਸੁਣਵਾਈ ਨਹੀਂ ਹੋਈ। ਪੁਲਿਸ ਪ੍ਰਸ਼ਾਸਨ ਵੀ ਜਿਹੜਾ ਆ ਉਹ ਬਿਲਕੁਲ ਇਹਨਾਂ ਦਾ ਸਾਥ ਨਹੀਂ ਦੇ ਰਿਹਾ। ਮੈਂ ਇਸ ਵਿੱਚ ਤੁਹਾਨੂੰ ਜਿਹੜਾ ਦੋ ਵਿਖਾ ਰਿਹਾ ਇਹ ਅੰਮ੍ਰਿਤਸਰ ਜਿਹੜਾ ਆ ਅੰਮ੍ਰਿਤਸਰ ਸ਼ਹਿਰ ਦੇ ਕਾਰਪੋਰੇਸ਼ਨ ਦਾ ਦਫ਼ਤਰ ਆ ਜਿੱਥੇ ਕਿ ਕਾਮਰੇਡਾਂ ਨੇ ਇਸ ਚੀਜ਼ ਦੇ ਬਾਰੇ ਧਰਨਾ ਲਾਇਆ ਹੋਇਆ ਆ ਕਿ ਉਹ ਜਿਹੜੀ ਜਵਾਲਾ ਫਲੋਰ ਮਿਲ ਦੇ ਲਾਗੇ ਇਨਕਰੋਚਮੈਂਟ ਕੀਤੀ ਹੋਈ ਆ ਜਾਂ ਉਹਦੇ ਵਿੱਚ ਗ੍ਰੀਨ ਬੈਲਟ ਸੀ ਉਸ ਸਾਰੀ 'ਤੇ ਉਹਨੂੰ JCB ਨਾਲ ਢਾ ਕੇ ਉੱਤੇ ਕਬਜ਼ਾ ਕੀਤਾ ਹੋਇਆ। ਆਓ ਤੁਹਾਨੂੰ ਉਹਨਾਂ ਨਾਲ ਲੈ ਕੇ ਚੱਲਦਾ ਔਰ ਤੁਹਾਨੂੰ ਵਿਖਾਉਣਾ ਸਾਰਾ ਧਰਨਾ ਕੀ ਆ। ਜੀ ਇਹ ਜੀ ਜਿਹੜੀ ਕਾਰਵਾਈ ਇਹਨਾਂ ਨੇ ਪਰਸੋਂ ਜਾ ਕੇ ਜਵਾਲਾ ਸਟੇਟ ਦੇ ਵਿੱਚ ਕੀਤੀ ਬਿਲਕੁਲ ਨਜਾਇਜ਼ ਕਾਰਵਾਈ ਕੀਤੀ। ਜੀ ਅਸੀਂ ਐਪਲੀਕੇਸ਼ਨਾਂ 3 ਮਹੀਨਿਆਂ ਤੋਂ ਲਗਾਤਾਰ ਦੇ ਰਹੇ ਸਾਂ ਕਿ ਦੀਪਕ ਭੰਡਾਰੀ ਨੇ ਉੱਥੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ, ਅਨਔਥੋਰਾਈਜ਼ ਉੱਥੇ ਪਾਰਕਿੰਗ ਜਿਹੜੀ ਉਹ ਚਲਾ ਰਿਹਾ, ਮੁੱਖ ਗੇਟ ਜਿਹੜਾ ਉਹ ਬੰਦ ਕੀਤਾ ਹੋਇਆ, ਕਲੋਨੀ ਦੇ ਵਿੱਚ ਜਿਹੜੀ ਮਾਰਕੀਟ ਉਹਦੀਆਂ ਇਹਦੀਆਂ ਦੋ ਦੁਕਾਨਾਂ ਦੀਪਕ ਭੰਡਾਰੀ ਦੀਆਂ ਆਪਣੀਆਂ ਉੱਤੇ ਉਹਨੂੰ ਲੋਹੇ ਦੀਆਂ ਗ੍ਰਿਲਾਂ ਲਾ ਕੇ ਇਹਨੇ ਬੰਦ ਕੀਤਾ ਹੋਇਆ। ਜਦੋਂ ਅਸੀਂ ਅਫਸਰਾਂ ਦੇ ਕੋਲ ਆ ਕੇ ਇਹਦੇ ਬਾਰੇ ਗੱਲ ਕਰਦੇ ਹਾਂ, ਐਪਲੀਕੇਸ਼ਨ ਦਿੰਦੇ ਹਾਂ, ਅਫਸਰ ਉਲਟਾ ਸਾਨੂੰ ਧਮਕਾਉਂਦੇ ਨੇ ਕਿ ਤੁਹਾਡੇ 'ਤੇ ਕਾਰਵਾਈ ਕੀਤੀ ਜਾਏਗੀ। ਜਿਹੜੀ ਗ੍ਰੀਨ ਬੈਲਟ ਦਾ ਇਹਨੇ ਮੁੱਦਾ ਉਠਾ ਕੇ ਅਫਸਰਾਂ ਨੂੰ ਗਲਤ ਉਠਾਇਆ ਸਾਡੇ ਬਾਰੇ 'ਚ, ਉਹ ਗ੍ਰੀਨ ਬੈਲਟ ਅੱਜ ਦੀ ਨਹੀਂ ਗੀ, ਪਾਰਕ 20 ਸਾਲ ਪਹਿਲੇ ਦਾ ਬਣਿਆ ਹੋਇਆ, ਪਾਰਕ ਦੀ ਜਗ੍ਹਾ 1004 ਗਜ਼ ਏ, ਉਹ ਅੱਜ ਵੀ 1004 ਗਜ਼ 'ਚ, ਉਹਦੇ ਜੰਗਲੇ 20 ਸਾਲ ਪਹਿਲੇ ਦੇ ਲੱਗੇ ਹੋਏ ਨੇ। ਜਿਹੜੀ ਗ੍ਰੀਨ ਬੈਲਟ ਉਹਦੇ 'ਚ ਜਿਹੜੇ ਕੋਠੀਆਂ ਵਾਲਿਆਂ ਨੇ ਖੂਬਸੂਰਤ ਬੂਟੇ ਲਗਾਏ ਸਨ, ਉਹ 'ਚ ਆਪਣੇ ਪ੍ਰਾਈਵੇਟ ਮਾਲੀ ਲਾ ਕੇ ਉਹ 'ਚ ਘਾਹ ਲਾਏ ਹੋਏ ਸਨ, ਇਹਨਾਂ ਡਿਚ ਮਸ਼ੀਨ ਉਹਦੇ 'ਚ ਵਾੜ ਕੇ ਸਾਰੇ ਬੂਟਿਆਂ ਦਾ ਤਹਿਸ਼ ਨਹਿਸ਼ ਕਰਤਾ, ਲੱਖਾਂ ਰੁਪਈਆਂ 1000 ਰੁਪਈਆਂ ਦੇ ਜਿਹੜੇ ਵਧੀਆ ਘਾਹ ਲਾਏ ਸਨ ਉਹ ਸਾਰੇ ਤੋੜ ਦਿੱਤੇ ਗਏ, ਅਤੇ ਭੰਡਾਰੀ ਦਾ ਜਿਹੜਾ ਰਸਤਾ ਬਲੌਕ ਕੀਤਾ ਹੋਇਆ ਮਾਰਕੀਟ 'ਚ ਉਹਨੂੰ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਗਿਆ, ਨਾ ਮੁੱਖ ਗੇਟ ਦਾ ਤਾਲਾ ਤੋੜਿਆ ਗਿਆ, ਨਾ ਅਨੋਥਰਾਈ ਜਿਹੜੀਆਂ ਕਾਰਾਂ ਉੱਥੇ ਲੱਗੀਆਂ ਸਨ ਉਹ ਉੱਥੋਂ ਚੁੱਕੀਆਂ ਗਈਆਂ। ਸਾਡੀ ਇਹ ਮੰਗ ਹੈ ਇਹਦੀ ਉੱਚ ਪੱਧਰੀ ਜਾਂਚ ਕਰਾਈ ਜਾਏ, ਉਹ ਜਿਹੜਾ ਜਵਾਲਾ ਸਟੇਟ 'ਚ ਨੁਕਸਾਨ ਕੀਤਾ ਗਿਆ ਉਹ ਇਹਦੇ ਕੋਲੋਂ ਕਰਪਟ ਅਫਸਰਾਂ ਦੇ ਕੋਲੋਂ ਔਰ ਭੰਡਾਰੀ ਕੋਲੋਂ ਭਰਿਆ ਜਾਵੇ। ਹੁਣ ਅੱਜ ਦਾ ਤੁਹਾਡਾ ਪ੍ਰਸ਼ਾਸਨ ਨਾਲ ਕੀ ਹੋਇਆ? ਅਸੀਂ ਸ਼ਾਂਤੀਮਈ ਇਹ ਮੁਜ਼ਾਹਰਾ ਕੀਤਾ, ਅੱਜ ਚੇਤਾਵਨੀ ਦਿੱਤੀ ਇਹਨਾਂ ਅਫਸਰਾਂ ਨੂੰ ਕਿ ਜੋ ਮਾਮਲਾ ਕੋਰਟ ਦੇ ਵਿੱਚ ਉਹਨੂੰ ਕੋਰਟ ਕਾਨੂੰਨੀ ਤੌਰ 'ਤੇ ਹੱਲ ਕਰਨਾ ਚਾਹੀਦਾ ਸੀ, ਅੱਜ ਬਿਨਾਂ ਨੋਟਿਸ ਤੋਂ ਤੁਸੀਂ ਇਹ ਸਾਰੀ ਕਾਰਵਾਈ ਕੀਤੀ। ਅਗਰ ਇਹਦੇ ਉੱਤੇ ਮੁੱਖ ਮੰਤਰੀ ਪੰਜਾਬ ਨੂੰ ਵੀ ਇਹ ਵੀ ਪੱਤਰ ਲਿਖ ਰਹੇ ਹਾਂ, ਇਹਦੀ ਉੱਚ ਪੱਧਰੀ IAS ਅਫਸਰਾਂ ਦੀ ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ ਛੱਡ ਕੇ DC ਲੈਵਲ ਦੇ ਉੱਤੇ ਇਹਦੀ ਜਾਂਚ ਕਰਾਈ ਜਾਏ, ਜਿਹੜੇ ਦੋਸ਼ੀ ਅਫਸਰ ਨੇ ਉਹਨਾਂ ਖਿਲਾਫ਼ ਕਾਰਵਾਈ ਕੀਤੀ ਜਾਏ। ਅਗਰ ਨਹੀਂ ਕੀਤੀ ਜਾਏਗੀ ਅੱਜ ਤਾਂ ਸਾਡਾ ਇੱਕ ਛੋਟਾ ਜਿਹਾ ਹੀ ਨਹੀਂ ਤਾਂ ਸਾਰੇ ਅੰਮ੍ਰਿਤਸਰ ਦੇ ਵਿੱਚ ਲੋਕਾਂ ਨੂੰ ਇਕੱਠਿਆਂ ਕਰਕੇ ਇਹਦਾ ਮੁਜ਼ਾਹਰਾ ਕੀਤਾ ਜਾਏਗਾ ਔਰ ਕਮਿਸ਼ਨਰ ਦਾ ਜਿਹੜਾ ਘਰਾਓ ਕੀਤਾ ਜਾਏਗਾ। ਤੁਹਾਡਾ ਅਗਲਾ ਸਟੈਪ ਇਹ ਹੋਊਗਾ? ਅਗਲਾ ਸਟੈਪ ਇਹ ਹੋਏਗਾ। ਧੰਨਵਾਦ। ਔਰ ਜੇ ਸਾਨੂੰ ਭੁੱਖ ਹੜਤਾਲਾਂ ਰੱਖਣੀਆਂ ਪਈਆਂ ਤਾਂ ਆਪਾਂ ਨੂੰ ਕਾਰਪੋਰੇਸ਼ਨ ਦੇ ਅੱਗੇ ਭੁੱਖ ਹੜਤਾਲਾਂ ਵੀ ਰੱਖਣੀਆਂ ਪੈਣਗੀਆਂ। ਲੜੀਵਾਰ ਉਹਨੂੰ ਤਾਲਾ ਲਾਇਆ ਹੋਇਆ ਔਰ ਉੱਥੇ ਬਾਹਰ ਦੀਆਂ ਕਾਰਾਂ ਜਿਹੜੀਆਂ ਆਊਟਸਾਈਡ ਜਿਹੜੀਆਂ ਕਲੋਨੀ ਦੀਆਂ ਕਾਰਾਂ, ਹਰੀਪੁਰਾ ਇਸਲਾਮਾਬਾਦ ਦੀਆਂ ਦੂਜੀਆਂ ਥਾਵਾਂ ਦੀਆਂ ਕਾਰਾਂ, ਉਹਨੂੰ 1000 ਰੁਪਈਆ ਲੈ ਕੇ ਉੱਥੇ ਕਾਰਾਂ ਲਵਾਈਆਂ ਜਾਂਦੀਆਂ ਪਈਆਂ ਔਰ ਉਹਦਾ ਪੈਸਾ ਇਕੱਠਾ ਕਰਕੇ ਕੋਈ ਕਲੋਨੀ ਦੇ ਵਿੱਚ ਹਿਸਾਬ ਨਹੀਂ ਦਿੱਤਾ ਜਾਂਦਾ ਪਿਆ। ਆਪਣੀਆਂ ਜਿਹੜੀਆਂ ਦੋ ਦੁਕਾਨਾਂ ਮੁੱਖ ਜਿਹੜੀਆਂ ਕਲੋਨੀ ਦੇ ਮਾਰਕੀਟ ਦੇ ਵਿੱਚ ਨੇ ਉਹਦੇ 'ਤੇ
ਉੱਤੇ ਲੋਹੇ ਦੀਆਂ ਗਰੀਲਾਂ ਲਾ ਕੇ ਉਹਨੂੰ ਬੰਦ ਕੀਤਾ ਹੋਇਆ ਔਰ ਅਸੀਂ ਜਦੋਂ ਇਹਨੇ ਤੋੜਨ ਦੇ ਵਾਸਤੇ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਕਿਹਾ ਅਤੇ ਉਹਨਾਂ ਨੇ ਇੱਕ ਨਵੀਂ ਕਲੀ ਪੜ ਲਈ ਕਿ ਜਿਹੜੀ ਪਾਰਕ ਦੇ ਅਤੇ ਕੋਠੀਆਂ ਦੇ ਵਿਚਕਾਰ 22 ਫੁੱਟ ਦੀ ਗ੍ਰੀਨ ਬੈਲਟ ਜਿਹੜੀ ਕਿ ਮਾਲਕ ਨੇ ਪਲਾਟਾਂ ਵਾਲਿਆਂ ਦੇ ਵਾਸਤੇ ਛੱਡੀ ਹੋਈ ਹੈ, ਉਹ ਗ੍ਰੀਨ ਬੈਲਟ ਦੇ ਵਿੱਚ ਕੋਈ ਪੱਕੀ ਉਸਾਰੀ ਨਹੀਂ ਹੋਈ ਹੋਈ। ਉਸ ਗ੍ਰੀਨ ਬੈਲਟ ਦੇ ਵਿੱਚ ਬੂਟੇ ਲੱਗੇ ਹੋਏ ਨੇ। ਕਾਰਪੋਰੇਸ਼ਨ ਦਾ ਜਿਹੜਾ ਪਾਰਕ ਹੈ ਜਿੰਨੀ ਮਿੰਤੀ ਦੇ ਵਿੱਚ ਨਕਸ਼ੇ ਦੇ ਮੁਤਾਬਕ 19 ਮਿੰਟੀ 'ਚ ਪ੍ਰੈਜੈਂਟ ਹੈ, 20 ਸਾਲ ਪਹਿਲੇ ਦਾ ਪਾਰਕ ਬਣਿਆ ਹੋਇਆ, 20 ਸਾਲ ਪਹਿਲੇ ਦੀਆਂ ਗ੍ਰੀਲਾਂ ਲੱਗੀਆਂ ਹੋਈਆਂ ਉੱਥੇ, ਗ੍ਰੀਲਾਂ ਟੁੱਟੀਆਂ ਪਈਆਂ, ਪਾਰਕ ਦਾ ਹਾਲ ਜਿਹੜਾ ਉਹ ਖਸਤਾ ਹਾਲਤ ਹੋਈ ਪਈ ਹੈ। ਪਰ ਜਿਹੜੀ ਗ੍ਰੀਨ ਬੈਲਟ ਲੋਕਾਂ ਨੇ ਆਪਣੇ ਮਾਲੀ ਰੱਖ ਕੇ ਉਹਨੂੰ ਸਵਾਰਿਆ ਹੋਇਆ ਸੀ, ਉਹਦੇ 'ਚ ਬੂਟੇ ਨਿੰਬੂਆਂ ਦੇ ਫਲਾਂ ਦੇ ਬੂਟੇ ਲਾਏ ਹੋਏ ਸਨ, ਉਹ ਸਾਰੇ ਬੂਟੇ ਜਿਹੜੇ ਨੇ ਉਹ ਤਹਿਸ਼ ਨਹਿਸ਼ ਕਰ ਦਿੱਤੇ ਗਏ। ਔਰ ਜਿਹੜਾ ਭੰਡਾਰੀ ਨੇ ਰਸਤਾ ਬੰਦ ਕੀਤਾ ਹੋਇਆ ਮਾਰਕੀਟ ਦਾ, ਉਹਨੂੰ ਪੂਰੀ ਤਰ੍ਹਾਂ ਨਹੀਂ ਤੋੜਿਆ ਗਿਆ। ਅੱਜ ਦੀ ਡੇਟ 'ਚ ਵੀ ਉੱਥੇ ਪ੍ਰੈਸ ਰਿਪੋਰਟਰ ਜਾ ਕੇ ਵੇਖ ਲੈਣ ਕਿ ਰਸਤੇ ਦੀ ਇੱਕ ਸਾਈਡ ਪੂਰੀ ਜਿਹੜੀ ਉਹ ਲੱਗੀ ਹੋਈ ਹੈ, ਲੋਕਾਂ ਦੀਆਂ ਸਾਰੀਆਂ ਕੋਠੀਆਂ ਦੇ ਅੱਗੇ ਜਿਹੜੇ ਛੋਟੇ ਛੋਟੇ ਲੋਕਾਂ ਨੇ ਐਂਗਲ ਲਾ ਕੇ ਮੰਨ ਲਓ ਉਹਨੂੰ ਕਲੋਨੀ ਦੇ ਬੂਟਿਆਂ ਨੂੰ ਕਵਰ ਕੀਤਾ ਹੋਇਆ ਸੀ ਕਿ ਉੱਥੇ ਜਾਨਵਰ ਨਾ ਆਉਣ ਜਾਂ ਦੂਜੇ ਨਾ ਆਉਣ, ਕੁੱਤੇ ਨਾ ਆਉਣ, ਉਹ ਸਾਰਿਆਂ ਨੂੰ ਤਹਿਸ਼ ਨਹਿਸ਼ ਕਰ ਦਿੱਤਾ ਗਿਆ। ਨਾ ਮੁੱਖ ਗੇਟ ਕਲੋਨੀ ਦਾ ਖੋਲ੍ਹਿਆ ਗਿਆ, ਨਾ ਜਿਹੜਾ ਤਾਲਾ ਲਾਇਆ ਹੋਇਆ ਇਹਨਾਂ ਨੇ ਉਹ ਤਾਲਾ ਤੋੜਿਆ ਗਿਆ, ਨਾ ਉੱਥੇ ਜਿਹੜੀਆਂ ਨਜਾਇਜ਼ ਕਾਰਾਂ, ਜਦੋਂ ਇਹ ਸਵੇਰੇ 7 ਵਜੇ ਗਏ ਨੇ ਉੱਥੇ 25-30 ਨਜਾਇਜ਼ ਕਾਰਾਂ ਲੱਗੀਆਂ ਹੋਈਆਂ ਸਨ, ਕਿਸੇ ਨਜਾਇਜ਼ ਕਾਰ ਨੂੰ ਉੱਥੋਂ ਚੁੱਕਿਆ ਨਹੀਂ ਗਿਆ ਹੋਇਆ। ਅਸੀਂ ਇਹ ਸਾਰਾ ਮਾਮਲਾ ਜਦੋਂ ਅਸੀਂ ਇਹ ਦੇਖ ਲਿਆ ਕਿ ਜਿਹੜੇ ਅਫਸਰ ਨੇ ਇਹ ਭੰਡਾਰੀ ਦੀ ਗੱਲ ਕਰਦੇ ਨੇ ਔਰ ਇਹ ਭੰਡਾਰੀ ਦੇ ਖਿਲਾਫ਼ ਐਕਸ਼ਨ ਲੈਣ ਨੂੰ ਕੋਈ ਤਿਆਰ ਨਹੀਂ ਗਏ, ਅਸੀਂ ਇਹ ਸਾਰਾ ਮਾਮਲਾ ਮਾਨਯੋਗ ਹਾਈਕੋਰਟ ਦੇ ਵਿੱਚ ਲੈ ਕੇ ਗਏ। ਮਾਨਯੋਗ ਹਾਈਕੋਰਟ ਦੇ ਵਿੱਚ ਅਸੀਂ ਭੰਡਾਰੀ ਜੀ ਨੂੰ ਪਾਰਟੀ ਬਣਾਇਆ, ਕਾਰਪੋਰੇਸ਼ਨ ਦੇ ਅਫਸਰਾਂ ਨੂੰ ਪਾਰਟੀ ਬਣਾਇਆ, ਪੁੱਡਾ ਦੇ ਅਫਸਰਾਂ ਨੂੰ ਪਾਰਟੀ ਬਣਾਇਆ। ਪਿਛਲੀ 29 ਯਾਰਾਂ ਨੂੰ ਇਹਨਾਂ ਦੀ ਤਮੀਲ ਹੋ ਕੇ ਕਾਰਪੋਰੇਸ਼ਨ ਦੀ ਉੱਥੇ ਹਾਜ਼ਰੀ ਲੱਗ ਗਈ ਸਰਕਾਰੀ ਵਕੀਲਾਂ ਦੀ ਔਰ ਆਹ 29 ਤਰੀਕ ਜਨਵਰੀ ਦੀ 29 ਤਰੀਕ ਨੂੰ ਉੱਥੇ ਅਦਾਲਤ ਦੇ ਵਿੱਚ ਇਹਨਾਂ ਨੇ ਜਵਾਬ ਦੇਣਾ ਸੀ ਕਿ ਜਿਹੜੀ ਭੰਡਾਰੀ ਨੇ ਕਰੋਚਮੈਂਟ ਕੀਤੀ ਹੈ ਉਹਨੂੰ ਕਿਉਂ ਨਹੀਂ ਤੁਸੀਂ ਤੋੜਦੇ ਪਏ, ਅਤੇ ਇਹਨਾਂ ਨੇ ਉਹਦੀ ਤੋੜਨ ਦੀ ਬਜਾਏ ਸਾਰੀ ਕਲੋਨੀ ਦਾ ਜਿਹੜਾ ਉਹ ਸੱਤਿਆਨਾਸ਼ ਕਰ ਦਿੱਤਾ। ਹੁਣ ਕੀ ਮੰਗ ਹੈ ਤੁਹਾਡੀ? ਹੁਣ ਸਾਡੀ ਮੰਗ ਹੈ ਕਿ ਇਹਦੀ ਉੱਚ ਪੱਧਰੀ ਜਿਹੜੀ ਜਾਂਚ ਕਰਾਈ ਜਾਏ ਔਰ ਜਿਹੜਾ ਲੋਕਾਂ ਦਾ ਨੁਕਸਾਨ ਹੋਇਆ ਉਹ ਇਹ ਕਰਪਟ ਅਫਸਰਾਂ ਦੇ ਕੋਲੋਂ ਔਰ ਭੰਡਾਰੀ ਦੇ ਕੋਲੋਂ ਵਸੂਲ ਕਰਕੇ ਉਹਨਾਂ ਦੀਆਂ ਗਰੀਲਾਂ ਜਿਹੜੀਆਂ ਕਿ ਨਜਾਇਜ਼ ਨਹੀਂ ਸਨ ਹੈਗੀਆਂ, ਜਾਇਜ਼ ਗਰੀਲਾਂ ਉਹਨਾਂ ਨੇ ਲਾਈਆਂ ਹੋਈਆਂ ਸਨ, ਉਹਨਾਂ ਨੂੰ ਤਹਿਸ ਨਹਿਸ ਕਰਤਾ, ਉਹਦਾ ਹਰਜਾਨਾ ਜਿਹੜਾ ਇਹਨਾਂ ਕੋਲ ਪੂਰਾ ਕੀਤਾ ਜਾਏ। ਔਰ ਭੰਡਾਰੀ ਨੇ ਜਿਹੜੀ ਅਪਰੋਚਮੈਂਟ ਕੀਤੀ ਔਰ ਨਜਾਇਜ਼ ਪਾਰਕਿੰਗ ਜਿਹੜੀ ਅੰਦਰ ਚਲਾ ਰਹੇ ਨੇ ਉਹਨੂੰ ਬੰਦ ਕੀਤਾ ਜਾਏ, ਕਲੋਨੀ ਦਾ ਮੁੱਖ ਗੇਟ ਜਿਹੜਾ ਅੰਦਰ ਜਾਣ ਨੂੰ ਤਾਲਾ ਲਾਇਆ ਹੋਇਆ ਉਹ ਤਾਲਾ ਖੋਲ੍ਹਿਆ ਜਾਏ, ਔਰ ਇਹਨੇ ਜਿਹੜੀ ਮਾਰਕੀਟ ਦੇ ਵਿੱਚ ਅੱਗੇ ਔਰ ਪਿੱਛੇ ਵੀ ਜਿਹੜੀ ਕਰੋਚਮੈਂਟ ਕੀਤੀ ਹੈ ਉਹ ਕਰੋਚਮੈਂਟ ਨੂੰ ਤੋੜਿਆ ਜਾਏ, ਔਰ ਹਾਈਕੋਰਟ ਦੇ ਵਿੱਚ ਜੋ ਵੀ ਫੈਸਲਾ ਗ੍ਰੀਨ ਬੈਲਟ ਦੇ ਬਾਰੇ 'ਚ ਹੋਏ ਉਹ ਹਾਈਕੋਰਟ ਦੇ ਵਿੱਚ ਕੇਸ ਚੱਲਦਾ ਪਿਆ, ਜੋ ਫੈਸਲਾ ਹੋਏ ਹਾਈਕੋਰਟ ਉਹਨੂੰ ਪਾਰਕ 'ਚ ਮਿਲਾ ਦੇ, ਹਾਈਕੋਰਟ ਉਹਨੂੰ ਜੋ ਕਵੇ ਅਸੀਂ ਉਹਦੇ ਉੱਤੇ ਜਿਹੜਾ ਪਹਿਰਾ ਦੇਣ ਨੂੰ ਠੀਕ।